सब्सक्राइब करो साडा यूट्यूब चैनल पंजाबी मेनिया ते अपने फोन ते नवीं वीडियोस देखने दे लई हिट करो बेल आइकन। पहले वाले पार्ट तो किस तरह डिफरेंट होएगा सीक्वल? पहले पार्ट नालों जिदा तुसीं जिहड़े असीं पहले पार्ट दे विच असीं जिहड़ी स्टोरी कहो अधूरी छड्डी आ जिहड़ी पहले सीजन दे विच जिहड़ी स्टोरी आ ओके कंटिन्यू होएगी। सारे उहदे जिहड़े तुसीं करैक्टर्स देखे नेगे, कुछ नवे करैक्टर्स भी आउणगे, ते जिहड़ी जर्नी है असीं उहनूं दिखावांगे कि किवें बच्चे नूं की की प्रॉब्लम्स फेस होंदियां ने। ते तुसीं गल मैं दस्सणा चाहुंदा वी असीं जदों असीं फर्स्ट सीजन कीता तां साडी सारी फ्रैश कास्ट सी, ते उस टाइम मतलब असीं भी चाहुंदे सीगे कि असीं किसे जदों असीं सैकेंड सीजन करिए तां सानूं भी सीगा एक बहुत अच्छी ओपरचुनिटी है एक इमीग्रेशन दे लई, उहनां नूं अपने आप नूं प्रमोट करना। उहनां साडी जिहड़ी सारी सीरीज़ है उह बच्चिआं दे बाहर जाणदे आ कि तां उहनां नूं की प्रोसैस हुंदा है ना। तां असीं पहलां सानूं ना थोड़ा जिहा इह जरूर डर सीगा वी कि असीं किसे वी इमीग्रेशन सर्विसिज नाल उहनां नाल टाइप कर लईए, असीं उहनां नूं प्रमोट कर लईए, ते कल जा के उह इमीग्रेशन सर्विसिज कोई लाइक किसे नाल कोई फ्रॉड कर लैन या कोई मतलब वीज़ा लॉन्च कुछ गड़बड़ी कर देन, तां सानूं डर सीगा वी साडे ते गल ना। सो पर जदों मैं हैरिस सर नाल मिलिया, जदों मैं फ्लाइंग फैदर्स बारे रिसर्च करिया, ते दैन आई कम टू नो कि किद्दां इहनां दा सारा जिहड़ा प्रोसैस है उह उहनां दा मेन परपस इही है इमीग्रेशन दा वी उह बच्चिआं नूं प्रॉब्लम्स ना आउण देण। मेन नहीं तां मेन कम हुंदा हरेक जाणा चाहुंदा वी मनी मनी मनी, बट नहीं इहनां दा जो मैं जो इहनां दा मॉडल देखिआ आ डिफाओ दा मॉडल देखिआ आ फ्लाइंग फैदर्स दा मॉडल देखिआ उह कंप्लीटली डिफरेंट है। खास करके मैं हैरान रह गया उदों जदों सर ने मैनूं दस्सिआ वी जिहड़ा इहनां दे थ्रू वीज़ा लगाउंदा है डिफाओ दे थ्रू तुसीं बच्चा अपने आप वीज़ा लगा सकदे, तां वी उहनूं इह $300 लाइक कह लो ग्रांट दिंदे आ जां उहदी हैल्प करदे आ देखे, तां मैनूं उह गल तां बड़ी शॉकिंग लगी। मैं कहा यार अक्सर जिहड़े इमीग्रेशन वाले हुंदे उह पैसे लैंदे ने पैसे दे रहे ने, पहलां तां हरेक नूं डाउट हुंदा, पर मैं जदों रिसर्च कीता मैं न्यूज़ देखिआ ते सर नाल मिलिआ, ਤੇ ਉਹ ਤੋਂ ਬਾਅਦ ਮੈਂ ਇੱਕ ਇਵੈਂਟ 'ਤੇ ਵੀ ਗਿਆ ਜਿੱਥੇ ਇਹਨਾਂ ਨੇ ਸਾਰੇ ਪਰਿਵਾਰਾਂ ਨੂੰ ਬੁਲਾਇਆ ਹੋਇਆ ਸੀਗਾ ਜਿਨ੍ਹਾਂ ਦੇ ਬੱਚੇ ਬਾਹਰ ਪੜ੍ਹ ਰਹੇ ਸੀਗੇ ਅਤੇ ਉਹਨਾਂ ਨੂੰ ਗ੍ਰਾਂਟਸ ਡਿਸਟ੍ਰੀਬਿਊਟ ਕੀਤੀਆਂ, ਅਤੇ ਮੈਂ ਵੀ ਕਾਫੀ ਸ਼ੌਕ ਰਿਹਾ। ਅਤੇ ਉਹ ਤੋਂ ਬਾਅਦ ਈਵਨ ਹੋਰ ਗੱਲ ਪਤਾ ਲੱਗੀ ਵੀ ਜਦੋਂ ਬੱਚਾ ਉਹ ਹੋਰ ਬੱਚੇ ਨੂੰ ਰੈਫਰ ਕਰਦਾ ਤਾਂ ਉਹਨੂੰ ਹੋਰ ਲਾਈਕ $300 ਤੋਂ ਕਮਾਉਂਦਾ ਰਹਿੰਦਾ। ਤਾਂ ਸਰ ਨੇ ਮੈਨੂੰ ਇੱਕ ਲਾਈਕ ਆਇਆ ਬੰਗਲਾਦੇਸ਼ ਦੇ ਇੱਕ ਬੱਚੇ ਦੀ, ਕਿਉਂਕਿ ਇਹਨਾਂ ਇੰਟਰਨੈਸ਼ਨਲ ਹੈ, ਉਹਨਾਂ ਨੇ ਇੱਕ ਬੰਗਲਾਦੇਸ਼ ਦੇ ਸਟੂਡੈਂਟ ਇਗਜ਼ਾਮਪਲ ਸਰ ਤੁਸੀਂ ਮੈਨੂੰ ਸ਼ੇਅਰ ਕਰੋ ਜਿਹੜਾ ਤੁਸੀਂ ਦੱਸਿਆ ਸੀ। ਹਾਂਜੀ, ਇਹ ਐਕਚੁਅਲੀ ਜਿਹੜੀ ਜਵਾਨਾ ਸਾਹਿਬ ਗੱਲ ਕਰ ਰਹੇ ਬਿਲਕੁਲ ਸਹੀ ਆ, ਇਟਸ ਨੋਟ ਸੈਂਡਿੰਗ ਸਟੂਡੈਂਟਸ ਟੂ ਅਬਰੋਡ। ਇਹ ਇਕੱਲੀ ਇਹ ਚੀਜ਼ ਨਹੀਂ ਆ ਕਿ ਆਪਾਂ ਬੱਚੇ ਨੂੰ ਪੜ੍ਹਾਈ ਵਾਸਤੇ ਭੇਜਦੇ ਹਾਂ, ਇਹਦੇ ਪਿੱਛੇ ਬਹੁਤ ਵੱਡੀ ਚੀਜ਼ ਹੈਗੀ ਕਿ ਆਪਾਂ ਇਟਸ ਮੋਰ ਅਬਾਊਟ ਮੋਰ ਇੰਡੀਪੈਂਡੈਂਟ, ਇਟਸ ਮੋਰ ਅਬਾਊਟ ਅਵੇ ਫਰੋਮ ਫੈਮਿਲੀ। ਇਹ ਇਸ ਤੋਂ ਜ਼ਿਆਦਾ ਹੈਗਾ ਕਿ ਇਟਸ ਮੋਰ ਅਬਾਊਟ ਟੂ ਇੰਟੀਗ੍ਰੇਟ ਅ ਨਿਊ ਕਲਚਰ, ਹੈ ਨਾ। ਇਹ ਇਟਸ ਨੋਟ ਅਬਾਊਟ ਸਟੱਡਿੰਗ ਅਬਰੋਡ, ਇਟਸ ਅਬਾਊਟ ਸਟਾਰਟ ਅ ਨਿਊ ਲਾਈਫ। ਇਹ ਟੋਟਲੀ ਇੱਕ ਨਵੀਂ ਲਾਈਫ ਬੱਚਾ ਸਟਾਰਟ ਕਰਦਾ ਹੈ। ਸੋ ਇਹ ਨਹੀਂ ਹੈਗਾ ਕਿ ਆਪਾਂ ਇੱਥੇ ਬੱਚੇ ਨੂੰ ਸਿਰਫ ਇੱਕ ਸਟੱਡੀ ਦੇਤੀ ਅਤੇ ਭੇਜਦੇ ਹਾਂ, ਮੋਰ ਇੰਪੋਰਟੈਂਟ ਹੈਗਾ ਕਿ ਅਸੀਂ ਉਹਨਾਂ ਨੂੰ ਅੱਗੇ ਕਿਵੇਂ ਟੇਕ ਕੇਅਰ ਕਰਦੇ ਹਾਂ, ਉਹਨਾਂ ਨੂੰ ਕਿਵੇਂ ਉਹਨਾਂ ਦੀ ਇੰਟੀਗ੍ਰੇਸ਼ਨ 'ਚ ਕਿਵੇਂ ਹੈਲਪ ਕਰਦੇ ਹਾਂ। ਜਿਹੜੀ ਟਵਾਨਾ ਸਾਹਿਬ ਗੱਲ ਕਰ ਰਹੇ ਸੀ ਕਿ ਸਾਡਾ ਮੋਟਿਵ ਹੈਗਾ ਜਦੋਂ ਅਸੀਂ ਇਹ ਐਜੂਕੇਸ਼ਨ ਸੈਕਟਰ ਦੇ ਵਿੱਚ ਆਏ, ਅਸੀਂ ਇੱਕ ਸਟੇਟਮੈਂਟ ਲਿਖੀ ਕਿ ਵੀ ਵਾਂਟ ਟੂ ਮੇਕ ਐਜੂਕੇਸ਼ਨ ਫਰੀ। ਦੋ ਇਹ ਜਿਹੜੀ ਸਟੇਟਮੈਂਟ ਹੈ ਨਾ ਬਹੁਤ ਵੱਡੀ ਸਟੇਟਮੈਂਟ ਹੈ, ਆਈ ਐਮ ਨੋਟ ਸ਼ੋਰ ਵੈਦਰ ਵੀ ਬੀ ਏਬਲ ਟੂ ਡੂ ਦਿਸ ਔਰ ਨੋਟ, ਬਟ ਕਹਿੰਦੇ ਹੈਗੇ ਕਿ ਜਦੋਂ ਕੋਈ ਆਪਾਂ ਚੀਜ਼ ਲਿਖ ਲਈਏ ਕਿਤੇ ਜਿੱਥੇ ਆਪਾਂ ਇਹ ਵਿਜ਼ਨ ਬਣਾ ਲਈਏ, ਅਤੇ ਆਪਾਂ ਉਹਦੇ ਅੱਗੇ ਲਾਈਕ ਟੂਵਰਡਸ ਕੰਮ ਕਰਨਾ ਸ਼ੁਰੂ ਕਰਦੇ ਹਾਂ। ਦੈਟ ਇਜ਼ ਅਵਰ ਪ੍ਰੋਮਿਸ ਟੂਵਰਡਸ ਅ ਸਟੂਡੈਂਟ ਕਿ ਜਿੰਨਾ ਵੀ ਅਸੀਂ ਸਟੂਡੈਂਟਸ ਦੀ ਹੈਲਪ ਕਰ ਸਕਦੇ ਹਾਂ ਜਿਸ ਤਰੀਕੇ ਨਾਲ ਵੀ ਕਰ ਸਕਦੇ ਹਾਂ ਉਸ ਤਰੀਕੇ ਨਾਲ ਕਰ ਰਹੇ ਹੈਗੇ ਆ। ਜਿਵੇਂ ਟਵਾਨਾ ਸਾਹਿਬ ਕਹਿੰਦੇ ਸੀ ਕਿ ਇੱਕ ਬੰਗਲਾਦੇਸ਼ ਦਾ ਇੱਕ ਲੜਕਾ ਲਾਈਕ ਦੇ ਯੂਜ਼ਡ ਅਵਰ ਸਰਵਿਸਿਜ਼ ਐਂਡ ਦੇ ਗੋਟ ਦ ਪਲਾਨ, ਅਤੇ ਉਹਨਾਂ ਨੇ ਪਹਿਲੇ ਮੰਥ ਹੀ ਯੂ ਐਸ ਦੇ ਵਿੱਚ ਜਾ ਕੇ ਦੀ ਸਪੋਰਟਡ ਜਿਹੜੇ ਫੈਲੋ ਸਟੂਡੈਂਟ ਆ ਉਹਨਾਂ ਨੂੰ ਸਪੋਰਟ ਕੀਤਾ, ਉਹਨਾਂ ਦੀ ਹੈਲਪ ਕੀਤੀ ਐਂਡ ਹੀ ਗੋਟ ਅਰਾਊਂਡ $5,000। ਸੋ ਆਈਡੀਆ ਇਜ਼ ਨੋਟ ਦੈਟ ਟੂ ਕਿ ਆਪਾਂ ਉਹਨਾਂ ਨੂੰ ਜੋਬ 'ਤੇ ਲਗਾਉਣਾ, ਆਈਡੀਆ ਇਹ ਹੈਗਾ ਕਿ ਉਹਨਾਂ ਦੀ ਐਜੂਕੇਸ਼ਨ ਅਸੀਂ ਕਿਸ ਤਰੀਕੇ ਨਾਲ ਫਰੀ ਕਰ ਸਕਦੇ ਹਾਂ। ਦੈਟ ਇਜ਼ ਕੈਪ ਕਿ ਉਹ ਅਦਰਵਾਈਜ਼ ਵੀ ਉਹ ਆਪਣੇ ਫੈਲੋ ਸਟੂਡੈਂਟਸ ਨੂੰ ਆਪਣੀ ਫੈਮਿਲੀਜ਼ ਨੂੰ ਸਪੋਰਟ ਕਰਦੇ ਹੀ ਹੈਗੇ ਆ ਜਦੋਂ ਜਾ ਕੇ, ਅਤੇ ਉਹਨਾਂ ਨੂੰ ਕੋਈ ਐਪਰੀਸ਼ੀਏਸ਼ਨ ਨਹੀਂ ਮਿਲਦੀ। ਸੋ ਦਿਸ ਇਜ਼ ਅਵਰ ਵੇ ਟੂ ਮੇਕ ਦ ਐਜੂਕੇਸ਼ਨ ਫਰੀ, ਅਤੇ ਉਹ ਸਾਡਾ ਪ੍ਰੋਮਿਸ ਹੈਗਾ ਟੂਵਰਡਸ। ਭਾਅ ਜੀ ਡੀ ਫਾਵੋ ਬਾਰੇ ਦੱਸੋ ਥੋੜ੍ਹਾ ਜਿਹਾ, ਡੀ ਫਾਵੋ ਕੀ ਹੈਗਾ? ਇਹ ਪੜ੍ਹ ਰਹੇ ਆਪਾਂ ਦ ਫੇਵਰੇਟ ਸਟੱਡੀ ਪੋਰਟਲ। ਹਾਂਜੀ, ਸੋ ਵਟ ਡਜ਼ ਇਟ ਮੀਨ ਐਕਚੁਅਲੀ? ਦ ਡੀ ਫਾਵੋ ਐਕਚੁਅਲੀ ਦ ਨੇਮ ਕੇਮ ਫਰੋਮ ਦ ਫੇਵਰੇਟ। ਜਦੋਂ ਅਸੀਂ ਨਾਮ ਡਿਜ਼ਾਈਨ ਕਰ ਰਹੇ ਸੀਗੇ ਕਿ ਕੀ
ਕੀ ਨਾਮ ਹੋਣਾ ਚਾਹੀਦਾ ਆ ਸੋ ਦ ਫੇਵਰੇਟ ਸਟੱਡੀ ਪੋਰਟਲ ਦੈਟ ਵੀ ਮੈਂ ਇਹਨੂੰ ਸ਼ੋਰਟ ਕੀਤਾ ਦ ਫੇਵਰੇਟ ਕਰਕੇ ਫਿਰ ਦ ਨੂੰ ਆਪਾਂ ਡੀ ਲਿਖਿਆ ਤੇ ਡੀ ਵੀ ਐਂਡ ਅਪ ਵਿਦ ਅ ਡੀ ਫਾਵੋ ਸੋ ਦੈਟ ਇਟ ਰਿਪਰੈਜ਼ੈਂਟ ਦ ਫੇਵਰੇਟ ਹੈ ਕੀ ਸਰ ਇਹ ਇੱਕ ਗਲੋਬਲ ਆਨਲਾਈਨ ਪਲੇਟਫਾਰਮ ਹੀ ਆ ਜਿੱਥੇ ਸਟੂਡੈਂਟ ਜਿਹੜੇ ਹੈਗੇ ਸੀ ਡਾਇਰੈਕਟਲੀ ਐਪਲੀਕੇਸ਼ਨ ਪਾ ਸਕਦੇ ਆ ਤੇ ਉਹਨਾਂ ਨੂੰ ਜ਼ਰੂਰੀ ਨਹੀਂ ਹੈਗਾ ਕਿਸੇ ਵੀ ਫਿਜ਼ੀਕਲ ਏਜੰਸੀ ਕੋਲ ਜਾਣ ਦਾ ਉਹ ਮੋਬਾਈਲ ਐਪ ਅਸੀਂ ਲਾਂਚ ਕਰ ਰਹੇ ਹਾਂ ਵੈਰੀ ਸੂਨ ਤੇ ਉਹ ਮੋਬਾਈਲ ਐਪਲੀਕੇਸ਼ਨ ਦੇ ਥਰੂ ਸਾਰੇ ਡਾਕੂਮੈਂਟਸ ਭੇਜ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਤੇ ਐਸ ਸੂਨ ਐਸ ਉਹਨਾਂ ਨੇ ਐਪਲੀਕੇਸ਼ਨ ਪਾਈ ਦੇ ਵਿਲ ਬੀ ਕੰਟੈਕਟਡ ਬਾਈ ਆਵਰ ਸਟੱਡੀ ਕੋਆਰਡੀਨੇਟਰ ਜਿਹੜੇ ਸਟੱਡੀ ਐਡਵਾਈਜ਼ਰ ਆ ਉਹਨਾਂ ਨੇ ਉਹਨਾਂ ਦੀ ਸਾਰੀ ਹੈਲਪ ਕਰਨੀ ਹੈ ਥਰੂ ਆਊਟ ਦਾ ਪ੍ਰੋਸੈਸ ਸੋ ਇਟਸ ਮੋਰ ਆਫ ਵੈਰੀ ਆਨਲਾਈਨ ਟ੍ਰਾਂਸਪੇਰੈਂਟ ਸਿਸਟਮ ਜਾਂ ਟ੍ਰਾਂਸਪੇਰੈਂਟ ਹੈਗਾ ਆ ਤੇ ਐਵਰੀ ਸਟੂਡੈਂਟ ਕੈਨ ਰੀਚ ਆਊਟ ਟੂ ਆਵਰ ਸਟੱਡੀ ਐਡਵਾਈਜ਼ਰ ਜਾਂ ਜਿਹੜੇ ਵੀ ਟੀਮ ਮੈਂਬਰਸ ਹੈਗੇ ਉਹਨਾਂ ਨੂੰ ਉਦੋਂ ਵੀ ਰੀਚ ਆਊਟ ਕਰ ਸਕਦੇ ਆ ਸੋ ਦਿਸ ਇਜ਼ ਵੀ ਆਰ ਮੇਕਿੰਗ ਇਟ ਮੋਰ ਗਲੋਬਲ ਗਲੋਬਲ ਸੋਲੂਸ਼ਨ ਮੋਬਾਈਲ ਬੇਸਡ ਰਬੀ ਇਜ਼ ਇਟ ਅ ਟਰੂ ਸਟੋਰੀ ਇਜ਼ ਇਟ ਅ ਟਰੂ ਸਟੋਰੀ ਸਮ ਹਾਊ ਔਰ ਦ ਟਰੂ ਸਟਰਗਲ ਬੇਸਿਕ ਹਾਂ ਜੀ ਹਾਂ ਜੀ ਦੇਖੋ ਜਿੰਨੇ ਵੀ ਕੈਰੈਕਟਰਸ ਤੁਸੀਂ ਇਹਦੇ ਵਿੱਚ ਦੇਖੇ ਨੇ ਹੁਣ ਤੱਕ 6 ਐਪੀਸੋਡ ਦੇ ਵਿੱਚ ਤਾਂ ਉਹ ਕਿਤੇ ਨਾ ਕਿਤੇ ਕੋਈ ਮੇਰੇ ਫਰੈਂਡ ਤੋਂ ਇਨਸਪਾਇਰਡ ਨੇ ਜੀ ਕਿ ਉਹਨਾਂ ਨੂੰ ਮੁਸ਼ਕਲਾਂ ਹੁੰਦੀਆਂ ਨੇ ਹਨਾ ਹਾਂ ਥੋੜ੍ਹਾ ਡਰਾਮਾ ਅਸੀਂ ਉਹਦੇ ਵਿੱਚ ਐਡ ਕੀਤਾ ਆ ਅੱਗੇ ਜਾ ਕੇ ਤੁਸੀਂ ਦੇਖੋਗੇ ਇੰਨੀਆਂ ਮਤਲਬ ਕਿ ਥੋੜ੍ਹਾ ਡਰਾਮਾ ਉਹ ਕਿਸੇ ਐਡ ਕਰਨਾ ਪੈਂਦਾ ਪਰ ਜਿੰਨੇ ਵੀ ਕਰੈਕਟਰਸ ਨੇ ਮੈਂ ਇਨਫੈਕਟ ਜਦੋਂ ਅਸੀਂ ਕਾਸਟ ਵੀ ਕਰ ਰਹੇ ਸੀ ਕਰੈਕਟਰ ਜਿੱਦਾਂ ਰਾਜਵੀਰ ਬੈਠੇ ਨੇ ਪਿੱਛੇ ਜਦੋਂ ਮੈਂ ਇਹਨਾਂ ਨੂੰ ਇਹਨਾਂ ਦਾ ਕਰੈਕਟਰ ਦੱਸਿਆ ਰਮਨੀਕ ਕਰਨ ਨੂੰ ਸਟਰਗਲ ਕਰਦੀ ਹੈ ਲਾਈਫ ਉਹਨੇ ਕਾਫੀ ਪੜ੍ਹੀ ਹੋਈ ਹੈ ਉਹਦੇ ਕੋਲ ਬਹੁਤ ਡਿਗਰੀਆਂ ਨੇ ਡਬਲ ਐਮ ਏ ਹੈ ਤੇ ਟੈਟ ਪਾਸ ਹੈ ਜਾਂ ਜੋ ਵੀ ਹੈ ਵੀ ਉਹਨੂੰ ਜੋਬ ਨਹੀਂ ਮਿਲ ਰਹੀ ਤਾਂ ਉਹ ਵੀ ਬਹੁਤ ਸ਼ੌਕ ਸੀ ਕਿਉਂਕਿ ਉਹ ਸ਼ੌਕ ਸੀਗੀ ਕਿਉਂਕਿ ਉਹਦਾ ਵੀ ਸੇਮ ਕਹਿ ਲਓ ਤੁਸੀਂ ਜਰਨੀ ਹੈ ਰਾਜਵੀਰ ਦੀ ਤਾਂ ਮਤਲਬ ਵੀ ਕਰੈਕਟਰ ਕੁਛ ਇੱਦਾਂ ਦੇ ਲਿਖੇ ਨੇ ਕਿ ਉਹ ਨੈਚੁਰਲੀ ਜਿਹਨਾਂ ਜਿਹਨਾਂ ਦੇ ਪਲੇ ਕੀਤੇ ਉਹਨਾਂ ਨਾਲ ਵੀ ਉਵੇਂ ਹੋ ਰਿਹਾ ਇਹਨਾਂ ਦਾ ਕਰੈਕਟਰ ਲਿਖਿਆ ਸੀਗਾ ਕਿ ਯੁਵਰਾਜ ਦਾ ਵੀ ਕੋਈ ਵਾਈ ਪੀ ਐਸ ਪੜ੍ਹਦਾ ਹੁੰਦਾ ਬੱਚਾ ਵੀ ਬਹੁਤ ਇੰਗਲਿਸ਼ ਬੋਲਦਾ ਜ਼ਿਆਦਾ ਉਹ ਕੁਛ ਉਹਦੇ ਡ੍ਰੀਮਸ ਨੇ ਉਹ ਰੈਪ ਕਰ ਰਿਹਾ ਕੁਦਰਤੀ ਕੀ ਹੋਇਆ ਵੀ ਜਦੋਂ ਮੈਂ ਇਹਦੀ ਕਾਸਟਿੰਗ ਕੀਤੀ ਵਾਈ ਪੀ ਐਸ 'ਚ ਹੀ ਪੜ੍ਹਦਾ ਮੈਂ ਮਤਲਬ ਪਹਿਲਾਂ ਲਿਖਿਆ ਸੀ ਇਹ ਵਾਈ ਪੀ ਐਸ ਵੈਸੇ ਵੀ ਪੜ੍ਹਦਾ ਤੇ ਰੈਪ ਵੀ ਕਰਦਾ ਤਾਂ ਕਰੈਕਟਰ ਮੈਨੂੰ ਐਂ ਸਮਝਦਾ ਕਈ ਵਾਰੀ ਲਿਖ ਦਿੰਦੇ ਆ ਆਪਣੇ ਆਮ ਜਿਹੜੇ ਯੂਟ 'ਚ ਹੁੰਦੇ ਨੇ ਇਹ ਉਹ ਸਾਰਾ ਕਰੈਕਟਰ ਉਵੇਂ ਦਾ ਉਵੇਂ ਮਿਲ ਗਿਆ ਪੱਤਰਕਾਰ ਦਾ ਵੀ ਕੋਈ ਕਰੈਕਟਰ ਹੈਗਾ ਪੱਤਰਕਾਰਤਾ ਦਾ ਹਾਂਜੀ ਯਾਰ ਜਿਗਰੀ 'ਚ ਤਾਂ ਹੈਗਾ ਸੀਗਾ ਜੀ ਯਾਰ ਚੱਲੇ ਬਾਅਦ 'ਚ I think ਮੈਂ ਇਸ ਤਰੀਕੇ ਨਾਲ ਕਹਿਣਾ ਹੈਗਾ ਕਿ ਕੁਛ ਸਾਨੂੰ ਨਹੀਂ ਪਤਾ ਲੱਗਦਾ ਦਾ ਕਰੈਕਟਰ ਜਿਹੜੇ ਫਰੰਟ ਦੇ ਵਿੱਚ ਆਉਂਦੇ ਆ ਕੁਝ ਕਰੈਕਟਰ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਕੰਟਰੀਬਿਊਸ਼ਨ ਬਹੁਤ ਹੁੰਦਾ ਜਿਹੜੇ ਬੈਕ ਤੇ ਰਹਿੰਦੇ ਆ ਸੋ ਪੱਤਰਕਾਰਾਂ ਦਾ ਤਾਂ ਐਬਸੋਲੂਟਲੀ ਆਲਵੇਜ਼ ਲਾਈਕ ਈਵਨ ਮੋਰ ਦੈਨ ਦ ਕੈਮਰਾ ਕਰੈਕਟਰ ਸਰ ਫਲਾਇੰਗ ਫੈਦਰਸ ਜਿਹੜਾ ਹੈਗਾ ਇਹ ਇਮੀਗ੍ਰੇਸ਼ਨ ਟੂ ਫਾਰ ਐਜੂਕੇਸ਼ਨ ਓਨਲੀ ਔਰ ਇਜ਼ ਇਟ ਦ ਵੀਜ਼ਾ ਪ੍ਰੋਸੈਸ ਨੋ ਫਲਾਇੰਗ ਫੈਦਰ ਇਜ਼ ਮੋਰ ਇਨਟੂ ਦ ਹੋਲ ਪ੍ਰੋਸੈਸ ਜਿਹੜਾ ਹੈਗਾ ਮੈਂ ਤੁਹਾਨੂੰ ਦੱਸੇਗਾ ਫਰੋਮ ਅਕੈਡਮੀ ਤੋਂ ਸ਼ੁਰੂ ਹੁੰਦਾ ਆ ਦੈਟ ਵੀ ਹੈਲਪ ਸਟੂਡੈਂਟਸ ਕਿ ਵੀਜ਼ਾ ਉਹਨਾਂ ਦੀ ਗਾਈਡੈਂਸ ਹੈਗੀ ਆ ਤੇ ਵੀਜ਼ਾ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਕਰਨਾ ਹੈਗਾ ਐਂਡ ਦੈਨ ਪੋਸੀਬਲੀ ਟੇਕਿੰਗ ਕੇਅਰ ਇਨ ਦ ਡੈਸਟੀਨੇਸ਼ਨ ਕੰਟਰੀ ਜਿਹੜੀ ਡੈਸਟੀਨੇਸ਼ਨ ਕੰਟਰੀ 'ਚ ਜਾ ਰਹੇ ਨੇ ਕਿ ਉਹਨਾਂ ਨੂੰ ਜਿੰਨੀ ਅਸੀਂ ਸਪੋਰਟ ਦੇ ਸਕਦੇ ਹਾਂ ਰਾਜਵੀਰ ਨੂੰ ਅੱਜ ਹੈਲਪ ਚਾਹੀਦੀ ਹੋਏ ਤੁਹਾਡੀ ਤਾਂ ਰਾਜਵੀਰ ਨੂੰ ਭੇਜ ਦੋਗੇ ਤੁਸੀਂ ਜਾਂ ਪਹਿਲੇ ਫਿਲਮ ਕਰਾਉਂਗੇ ਅਗੇ ਇਹ ਚੀਜ਼ ਨੂੰ ਮੈਂ ਥੋੜ੍ਹਾ ਕਲੈਰੀਫਾਈ ਕਰਨਾ ਚਾਹੁੰਦਾ ਹੈਗਾ ਕਿ ਇਹ ਜਿਹੜਾ ਹੈਗਾ ਨਾ ਕਿ ਅਸੀਂ ਭੇਜ ਦਾਂਗੇ ਦੈਟ ਇਜ਼ ਸਾਨੂੰ ਥੋੜ੍ਹਾ ਜਿਹਾ ਐਂਬੈਰਸ ਲੱਗਦਾ ਹੈ ਵੀ ਆਰ ਨੋ ਵਨ ਟੂ ਫ੍ਰੈਂਡ ਸਮ ਵਨ ਸਰ ਸੋਚ ਕੇ ਤਾਂ ਹੀ ਆਂਦਾ ਇਮੀਗ੍ਰੇਸ਼ਨ ਵਾਲੇ ਕੋ ਤੁਸੀਂ ਭੇਜ ਦੋਗੇ ਕਿ ਨਹੀਂ ਹਾਂਜੀ ਐਗਜ਼ੈਕਟਲੀ ਇਹੀ ਚੀਜ਼ ਨੂੰ ਅਸੀਂ ਨਾ ਠੀਕ ਕਰਨਾ ਚਾਹੁੰਦੇ ਆ ਕਿ ਇਹ ਇਸ ਤਰੀਕੇ ਨਾਲ ਨਹੀਂ ਹੈਗਾ ਵੀ ਆਰ ਜਸਟ ਫੈਸਿਲੀਟੇਟਰਸ ਇਹ ਜਿੰਨੇ ਵੀ ਇਮੀਗ੍ਰੇਸ਼ਨ ਕੰਸਲਟੈਂਟਸ ਹੈਗੇ ਇੱਕ ਫੈਸਿਲੀਟੇਟਰ ਹੈਗਾ ਕੋਈ ਇਹ ਰੋਕਟ ਸਾਇੰਸ ਤੇ ਹੈ ਨਹੀਂ ਇੱਕ ਫਾਰਮ ਅਸੀਂ ਭਰ ਕੇ ਯੂਨੀਵਰਸਿਟੀ ਨੂੰ ਭੇਜਣਾ ਹੁੰਦਾ ਆ ਉਹ ਚਲੇ ਜਾਂਦਾ ਆ ਯੂਨੀਵਰਸਿਟੀ ਡਿਸਾਈਡ ਕਰਦੀ ਹੈਗੀ ਆ ਵਾਪਸ ਭੇਜ ਦਿੰਦੀ ਹੈਗੀ ਫਿਰ ਵੀਜ਼ਾ ਐਪਲੀਕੇਸ਼ਨ ਕਰਨਾ ਹੈਗਾ ਉਹ ਵੀ ਅਸੀਂ ਸਿੰਪਲੀ ਫਾਰਮ ਭਰ ਕੇ ਅਸੀਂ ਅੰਬੈਸੀ ਨੂੰ ਭੇਜ ਦਿੰਦੇ ਆ ਸੋ ਇਹ ਜਿਹੜਾ ਇੱਕ ਫੈਸਿਲੀਟੇਸ਼ਨ ਹੀ ਆ ਇਹ ਅਦਰਵਾਈਜ਼ ਪੂਰ ਮੈਂ ਨਾ ਕਹਿੰਦਾ ਕਿ ਠੀਕ ਹੈ ਕਿ ਐਜੂਕੇਟਡ ਲੋਕ ਹੈਗੇ ਆ ਉਹਨਾਂ ਨੇ ਇਹ ਪ੍ਰੋਸੈਸ ਕਹਿੰਦੇ ਕਿ ਇੱਕ ਡਾਕਟਰ ਜਿਹੜਾ ਹੈਗਾ ਬਾਰ ਬਾਰ ਸੇਮ ਆਪਰੇਸ਼ਨ ਕਰਦਾ ਐਕਸਪਰਟ ਹੋ ਜਾਂਦਾ ਆ ਤੁਸੀਂ ਲਾਈਫ ਵਾਈਜ਼ ਜਿਹੜੇ ਇਹ ਕੰਸਲਟੈਂਟ ਹੈਗੇ ਆ ਐਗਜ਼ੈਕਟਲੀ ਸੇਮ ਜਿਹੜੀ ਚੀਜ਼ ਹੈਗੇ ਬਾਰ ਬਾਰ ਕਰੀ ਜਾਂਦੇ ਤੇ ਐਕਸਪਰਟ ਹੋ ਗਏ ਆ ਤੇ ਉਹਨਾਂ ਦੀ ਹੈਲਪ ਕਰਦੇ ਆ ਤੁਹਾਡੀ ਕੰਸੈਪਟ ਜਿਹੜੀ ਪੰਜਾਬ ਗਵਰਨਮੈਂਟ ਤੋਂ ਟੋਟਲੀ ਡਿਫਰੈਂਟ ਆ ਉਹ ਕਹਿੰਦੇ ਜਿਹੜੇ ਬਾਹਰ ਗਏ ਆ ਉਹਨਾਂ ਨੂੰ ਵਾਪਸ ਬੁਲਾਉਣਾ ਤੁਸੀਂ ਬਾਹਰ ਨਹੀਂ ਮੈਂ ਤਾਂ ਇੱਕ ਲਾਈਫ ਕੰਪਨੀ ਆ ਆਈ ਮੂਵ ਟੂ ਨਾਰਵੇ ਬੈਕ ਇਨ 2003 2003 ਚਾਰਜ ਮੈਂ ਤੇ ਮੂਵ ਕੀਤਾ ਸੀ ਬਟ ਇੱਕ ਕਹਿੰਦੇ ਨੇ ਕਿ ਪ੍ਰਾਊਡ ਫੀਲਿੰਗ ਹੁੰਦੀ ਆ ਜਦੋਂ ਅਸੀਂ ਖੁਦ ਅਸੀਂ ਵਾਪਸ ਆ ਕੇ ਜਿਹੜੇ ਬੱਚੇ ਅਸੀਂ ਜਾ ਰਹੇ ਹੈਗੇ ਆ ਮਾਈਕ ਫੀਚਰ ਆਈ ਥਿੰਕ ਵੀ ਸ਼ੁੱਡ ਮਾਈਕ ਫੀਚਰ ਪੋਜ਼ਿਟਿਵ ਕਿ ਕਿਸੇ ਇਹ ਅਸੀਂ ਇੱਕ ਇਨਵੈਸਟਮੈਂਟ ਕਰ ਰਹੇ ਆ ਇੱਕ ਇਨਵੈਸਟਮੈਂਟ ਹੋ ਰਹੀ ਆ ਉਹਨਾਂ ਦੀ ਲਾਈਫ ਦੇ ਵਿੱਚ ਤੇ ਇਹਨਾਂ ਨੇ ਵਾਪਸ ਆਪ ਰਿਟਰਨ ਕਰਨਾ ਆ ਅੱਜ ਫਲਾਇੰਗ ਫੈਦਰ ਡਿਫਾਊ ਮਿਲਾ ਕੇ ਅਸੀਂ ਅਰਾਊਂਡ ਡਾਇਰੈਕਟ ਇਨਡਾਇਰੈਕਟ ਅਰਾਊਂਡ 800 ਤੋਂ 900 ਐਂਪਲੋਇਮੈਂਟ ਕ੍ਰੀਏਟ ਕੀਤਾ ਹੋਇਆ ਹੈ ਬਾਅਦ ਚ ਗੱਲ ਕਰ ਲਾਂਗੇ ਜੱਗੇ ਬਾਰੇ ਸੋ ਵਟ ਵਨ ਇੰਡੀਵਿਜੂਅਲ ਇੱਕ ਪੰਜਾਬੀ ਯੂਥ ਜਿਹੜਾ ਹੈਗਾ ਕੀ ਕ੍ਰੀਏਟ ਕਰ ਸਕਦਾ ਦੈਟ ਇਜ਼ ਵਨ ਸੈਕਿੰਡ ਥਿੰਗ ਮੈਨੂੰ ਲੱਗਦਾ ਹੈ ਜਿਹੜੀ ਇਹਦਾ ਇੱਕ ਕਾਮਨ ਰਿਸਪੌਂਸਿਬਿਲਟੀ ਹੈ ਕਿ ਸਾਡੀ ਸੋਸਾਇਟੀ ਦੀ ਸਾਡੀ ਅਪਰਚੁਨਿਟੀਜ਼ ਤੇ ਪੰਜਾਬ ਦੇ ਵਿੱਚ ਬਹੁਤ ਹੈਗੀਆਂ ਆ
मैं हैरान है जी आप सारी स्टार कास्ट बैठी हैगी है बट ओपरचुनिटी देने वाला भी तो होना चाहिए उन्होंने सपोर्ट करने वाला भी तो होना चाहिए वी कैन नॉट जस्ट टॉक टॉक नहीं कर सकती गवर्नमेंट टॉक नहीं कर सकती यूथ नू आपां नू मिल के सारी कॉर्पोरेट्स एज वेल एज गवर्नमेंट नू मिल के सानू यूथ नू सपोर्ट करना पैना उन्होंने ओपरचुनिटीज देनी पैनी जो आप वैसे ये देखिया जाए भी अज मोहाली खरण या जड़ा एरिया डिवेलप हो रहा है कि ना कि पर अज गल की है भी पूरे फिल्म मेकर बनने के लिए कॉलेज फिल्म डिग्रीज है ही नहीं एक साडा कॉलेज साडा एक डिग्री सी सानू भी बड़ा असं भी हैरान रह गए भी असी बीटेक की फिल्म मेकिंग की वो फिर बंद हो गए बी ए फिल्म मेकिंग होगी तो रीसेंटली पंजाबी यूनीवर्सिटी के जो बी ए फिल्म मेकिंग से वो भी अज बंद होगी सो असी तो यह कहते होंगे सी भी आनी चाहिए ने होर डिग्रियां होर कॉलेजेस के डिग्रियां लैके आओ क्योंकि सारा कुछ तुम ला लो म्यूजिक इंडस्ट्री सब तो बड़ी इंडस्ट्री मैं लगता म्यूजिक इंडस्ट्री किन्ने हज़ार करोड़ों की तुम देखे ही है ना तुम फिगर्स पता होनी है पता नहीं आया 18,000 crore है तो भी ज़्यादा कुछ बड़ी इंडस्ट्री है पर कोई फिल्म स्कूल नहीं कोई म्यूजिक स्कूल नहीं है ठीक है सो यू सिखाया जाए साढ़े तो एक जो कोर्स है अभी भी हैरान रह गए जी वो भी बंद हो गया सामने तो ऐसा भी होर आने चाहिए ने तो जो आप कह लो ओपरचुनिटी आपको वही स्टडी रख रहे हैं आप हरेक इंजीनियर बना रहे हैं या एक उधर लैके जा रहे हैं ऑप्शन ही नहीं है जो बच्चा को पंजाब गवर्नमेंट ने समय बटाला गुरदासपुर एक फिल्म सिटी का कंसैप्ट लिया उसको पहले सर देखो फिल्म सिटी का कंसैप्ट हम जी हमने खुली सी फिल्म सिटी भी इनॉग्रेशन की चन्नी साहब ने वो भी कोई ऐसा नहीं कह सकते आप सरकारी फिल्म सिटी थी वो है एक प्राइवेट फिल्म सिटी या कुछ नहीं सो चाहिए तो सर यही है अज के दौर भी सानू सबसिडी मिले तुम पंजाब शूट कर रहे हो पर अज पंजाब च हो की रखे है भी साढ़े वर्ग जो अभी शूट करना होंगे सानू इन प्रॉब्लम आदियां ने परमिशन लैन लगे सानू कह देते हैं भी डीसी दफ्तर जाओ उतो वैबसाइट पर जाना है punjabindustry.com से उसे रजिस्टर करो कोई दस्या भी नहीं आता असं मत्थे मारते रह जाते हैं कि किमें होकर सू एस एस पी का काम की करना है कि साडा काम जिहड़ा हैगा कि होर जिवें दिनों दिन लाइक आफ्टर कोविड तुसीं देखिया भी पहला सानूं कोई शूटिंग कोई दिक्कत नहीं सी आउंदी बट आफ्टर कोविड नामपुर दा केस आउंदा है राजपुरे दे विचों सॉरी मैं दस रहा सारा कुछ भी वो उन्हां दा केस आउंदा उदों बाद किहा जांदा कि तुसीं डीसी तों परमिशन लै के शूट करना आ जदों डीसी तों परमिशन लैण लग जांदे फिर कहिंदे हुण तुसीं वैबसाइट दे रहो काम औखा हो जा रहा है सो मैनूं तां इह लगदा भी आपां नूं जो फिल्म इंडस्ट्री है पंजाब की वो प्रिपेयर करना चाहिए भी मेरे वर्ग अज जे मैं वैब सीरीज बना रहा मैं अपनी एज चाहिए मैं कला ही हाँ भी जिन्हें दो सक्सैसफुल वैब सीरीजा दिखाई ने तो मैं इस चीज़ का कोई माण नहीं है भी मैं कला या मैं सब तो अलग मैं लोग कहते हैं तू यंग है तू कले ने दो वैब सीरीजा दे दी पंजाब में पर मैं इस चीज़ का कोई माण नहीं मैं चाहता यार मेरे ना होर भी यूथ है जोड़ा इन्ना पंजाब का यूथ है जोड़ा सेहत के नाल जुड़िया हुआ है या फिल्म देखता है भी आप उन्होंने किसी तरीके राह दिखाइए भी कल मेरे वर्गे मेरे हज़ारा डायरैक्टर आन मैं भी कॉम्पीटिशन हो गए तो एड्डी वड्डी आप इंडस्ट्री बना सकीए पंजाबी वैब सीरीज़ की इंडस्ट्री में भी वह पूरे इंडिया से गल चले कल साड़िया वैब सीरीज़ डब हो के जा नैटफ्लिक्स से आन ਭਾਜੀ ਇਹ ਜਿਹੜੇ ਬੈਠੇ ਭਾਜੀ ਤੁਹਾਡੇ ਨਾਲ ਲੈਫਟ ਸਾਈਡ 'ਤੇ ਇਜ ਵਟਸ ਹਿਸ ਕਰੈਕਟਰ ਹੇਅਰ ਕੈਨ ਯੂ ਪਲੀਜ਼ ਟੈਲ ਅਬਾਊਟ ਯੋਰ ਕਰੈਕਟਰ ਇਹਨਾਂ ਦਾ ਕਰੈਕਟਰ ਹੈ ਇਹ ਮਤਲਬ ਕੋਈ ਪ੍ਰੋਡਕਸ਼ਨ ਦੇ ਨਾਲ ਸਰ ਇਹ ਨਾਲ ਤੁਹਾਡੇ ਜਿਹੜੇ ਨਾਲ ਇਹਨਾਂ ਦੀ ਗੱਲ ਕਰ ਹਾਂਜੀ ਨਹੀਂ ਨਹੀਂ ਕਰੈਕਟਰ ਨਹੀਂ ਇਹ ਤਾਂ ਸਰ ਡਿਫਾਓ ਮਾਰਟਿਨ ਮਾਰਟਿਨ ਇਜ਼ ਆਵਰ ਬ੍ਰਾਂਡ ਐਕਸਪਰਟ ਫਰੋਮ ਯੂਕੇ ਹਾਂਜੀ ਡਿਫਾਓ ਦੇ ਜਿਹੜੇ ਬ੍ਰਾਂਡ ਐਕਸਪਰਟ ਹੈਗੇ ਆ ਬ੍ਰਾਂਡ ਮੈਨੇਜਰ ਹਾਂਜੀ ਇਹ ਸਾਡੇ ਨਾਲ ਅੱਜ ਵਿਜ਼ਿਟ ਤੇ ਸੀ ਅਸੀਂ ਇੰਡੀਆ ਦੇ ਵਿਜ਼ਿਟ ਤੇ ਸੀ ਤੇ ਸਾਨੂੰ ਸਾਰੀ ਟੀਮ ਬੁਲਾ ਲਈ ਤੁਸੀਂ ਮਤਲਬ ਹਾਂਜੀ एक्सपर्ट सारे बुला लिए नहीं नहीं असी एक्सपर्ट काइंड ऑफ सारी ब्रांड दे वाले है गया गुरजीत सीईओ डिफाओ इंडिया मेरे नाम बैठे कंट्री मैनेजर फ्लाइंग फैदर्स कंट्री हेड है गया शशिकांत जी आई थिंक वो कहने के हां जी साडे रीजनल मार्केटिंग हेड है गया सर आज ऑफिस कौन है हां जी देखो लीडर्स का रोल ये होता है कि असी जॉब क्रिएट करनी है तो जॉब क्रिएट करने वास्ते सानू बाहर आना पैंदा
That's what we are doing. Very nice, sir. So you take care of everybody, right? चलो मैं जी गर्मी कंटिन्यू करना चाहता हूँ. मैंने लगता है कि जी रैपी जी ने कहते बहुत वजह कही है जीडिया गवर्नमेंट है एबसोल्यूटली बहुत गुड आ उन्होंने इंटेंशन चंगी होंगे या वो करते भी है फिल्म सिटी जी गल की आई वॉज नॉट अवेयर ऑफ. मैंने ये लगता है कि अगेन वी आर नो वन टू कमेंट पर एक्सीक्यूशन वैल होनी चाहिए आ. अगर कोई गवर्नमेंट इनिशिएटिव लेंदी है एक डेडिकेटेड टीम बिठानी चाहिए और एक्सीक्यूट कराना चाहिए प्रोजेक्ट को. कोई प्रोजेक्ट्स से खुली जाते हैं बट उन्होंने एक्सीक्यूशन नहीं होती. आई फील उत्थे थोड़ा जहा फॉलो हो जाता अदरवाइज गवर्नमेंट्स आर डूइंग परफेक्टली फाइन. थोनू की लगता है सर ये स्टोरी की कन्वे करेगी लास्ट मैसेज दे दो मीडिया के थ्रू यार चले बाहर मतलब एक ही एक्सपेक्टेशन डिस्पेयर है डिसहार्टनड है कुछ हैगा ये what you gonna feel like kuch hoga sara kuch hoga koi key reasons ne bahar jaan de us sara explore karange jehde ja bhi nahi paunde koi dikkat da gall unna de ki unna di stories ne journeys ne tusi ide second season de vich dekhoge. first season jese ik base banata hai sab nu pata hai ki kede kede character ne kisne apne shauk kisne apna dream pura karan jana hai kisne film maker bana jana hai. oh jehdiyan sariyan kahaniyan ne unna nu tusi kithe kithe le aaye. sir we wish you luck to the entire team. so ek photo ho jaye sir sare khade ho ke please. poster hai ga ta poster le aao. poster ha poster wala second season hai jo march 2023 de vich aayega. kithe dekh sakde hain youtube te jithe dekhe pehla youtube te aayega te assi shooting ho channel keda ji channel role mein abhi hai ji sada bhai kitne episode karoge is bari episode jene pehla sige 6 hai 6 hi hai lambe rehnge ya chote rehnge nahi lambe 50 minutes de honge ji te क्योंकि एक 5 मिनट की फाइल अपलोड कर लो 10 मिनट की फाइल अपलोड कर लो 40 मिनट की फाइल अपलोड कर लो थोड़ी जी कमाई है वो सेम होनी है. शक्ल तो नीचे रखना सर नीचे कर लो सर थोड़ा नीचे स्माइल प्लीज